ਪੰਜਾਬ ਸਰਕਾਰ ਵੱਲੋਂ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਸਲਾਹ ਨਾਲ ਸਰਕਾਰੀ ਮੁਲਾਜ਼ਮਾਂ ਨੂੰ ਇੱਕ ਮਹੀਨਾ ਤਨਖਾਹ ਦੇਣ ਤੇ ਲਗਾਈ ਰੋਕ ਦਾ ਵਿਰੋਧ ਕਰਦਿਆਂ ਪੰਜਾਬ ਦੇ ਸਰਕਾਰੀ ਮੁਲਾਜ਼ਮ ਹੁਣ ਸੜਕਾਂ ਤੇ ਉਤਰ ਆਏ ਹਨ, ਜਿਸ ਦੇ ਚਲਦੇ ਤਰਨਤਾਰਨ ਵਿਖੇ ਬਿਜਲੀ ਕਰਮਚਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਖਜ਼ਾਨਾ ਮੰਤਰੀ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸਾਡੇ ਮੁਲਾਜ਼ਮਾਂ ਦੀਆਂ ਤਨਖਾਹਾਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਮਨਪ੍ਰੀਤ ਬਾਦਲ ਨੇ। ਮਨਪ੍ਰੀਤ ਬਾਦਲ ਜਦੋਂ ਦੇ ਸਰਕਾਰ ਦੇ ਵਿੱਚ ਵਿੱਤ ਮੰਤਰੀ ਬਣੇ ਨੇ, ਉਹਨਾਂ ਨੇ ਮੁਲਾਜ਼ਮਾਂ ਦਾ ਘਾਟ ਕਰਕੇ ਦੱਸ ਦਿੱਤਾ। ਜੋ ਬਿਜਲੀ ਬੋਰਡ ਦੇ ਥਰਮਲ ਪਲਾਂਟ ਵੇਚਤੇ, ਵਰਕਸ਼ਾਪਾਂ ਵੇਚ ਦਿੱਤੀਆਂ, ਅਤੇ ਮੁਲਾਜ਼ਮਾਂ ਨੂੰ ਬਹੁਤ ਆਸਾਂ ਸੀ ਸਰਕਾਰ ਬਣੀ ਹੈ ਨਵੀਂ, ਅਤੇ ਮੁਲਾਜ਼ਮਾਂ ਨੂੰ ਨਾ DA TA ਮੁਲਾਜ਼ਮਾਂ ਦਾ ਸਭ ਕੁਛ ਖੋਹ ਲਿਆ, ਇੱਥੋਂ ਤੱਕ ਤਨਖਾਹਾਂ ਬੰਦ ਕਰ ਦਿੱਤੀਆਂ। ਇਸ ਕਰਕੇ ਜੇ ਸਾਡੀਆਂ ਤਨਖਾਹਾਂ ਇੱਕ ਦੋ ਦਿਨ 'ਚ ਰਿਲੀਜ਼ ਨਾ ਕੀਤੀਆਂ ਤਾਂ ਹੋ ਸਕਦਾ ਅਸੀਂ ਕੈਸ਼ ਕਾਊਂਟਰ ਬੰਦ ਕਰਕੇ ਅਗਲੇ ਦਿਨਾਂ 'ਚ ਹੋਰ ਤਿੱਖੇ ਸੰਘਰਸ਼ ਕੀਤੇ ਜਾਣ। ਤਰਨਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ, ਚੈਨਲ 2।